ਹੁਣ ਤੁਸੀਂ ਸੋਚ ਰਹੇ ਹੋਗੇ ਕਿ ਅਸੀਂ ਇੱਦਾਂ ਕਿਉਂ ਚੱਲੇ ਹਾਂ, ਜੇ ਘਰ 'ਚ ਪੋਚਾ ਲੱਗਿਆ ਹੋਵੇ ਨਾ ਇੱਦਾਂ ਹੀ ਚੱਲਣਾ ਪੈਂਦਾ, ਟਰਾਈ ਕਰਕੇ ਵੇਖ ਲਿਓ ਜਿਵੇਂ ਪਾਕਿਸਤਾਨੀਆਂ ਨੇ ਬਾਰੂਦ ਵਿਛਾਇਆ ਹੋਵੇ। ਆ ਗਿਆ ਮੇਰਾ ਪੁੱਤ, ਰੱਖ ਬੈਗ ਰੱਖ, ਪਾਣੀ ਪੂਣੀ ਪੀਂਗਾ, ਦਾਰੂ ਲਿਆਵਾਂ, ਹੈਗੀ ਓਲਡ ਮੌਂਗ ਹੈਗੀ ਹੈ, ਹੜਦੇ ਨਹੀਂ ਲੋਕ ਯਾਰ। ਮੈਂ ਦੇਖਿਆ ਬੰਦਾ ਨਾ ਦੇਸੀ ਹੋਣਾ ਚਾਹੀਦਾ, ਬ੍ਰਾਂਡਡ ਤਾਂ ਕੱਚੇ ਵੀ ਹੁੰਦੇ ਨੇ। ਹੋਰ ਦੱਸ ਕੀ ਹਾਲ ਚਾਲ ਹੈ? ਬਸ ਵਧੀਆ, ਸਭ ਵਧੀਆ। ਮੈਂ ਵੇਖਿਆ ਯਾਰ ਮੌਸਮ ਬੜਾ ਸੈਕਸੀ ਹੈ, ਪਤੰਗ ਪਤੰਗ ਉਡਾਈ ਹੈ ਉੱਥੇ, ਸੈਕਸੀ ਤੇ ਗੱਲ ਯਾਦ ਆ ਗਈ ਮੈਨੂੰ, 20 ਰੁਪਏ ਦੀ ਪੈਪਸੀ ਗੁਰਪ੍ਰੀਤ ਮੇਰਾ ਸੈਕਸੀ। ਤੇ ਲਓ ਜੀ ਫਿਰ ਆਪਣੀ ਕਸਟਮ ਪਤੰਗ ਤਿਆਰ ਹੈ ਪੂਰੀ, ਵੀਰੇ ਨੇ ਬਹੁਤ ਮਿਹਨਤ ਕਰੀ ਹੈ, ਆਉਂਦੇ ਨੂੰ ਸਰਪ੍ਰਾਈਜ਼ ਜਿਹਾ ਹੀ ਦੇ ਦਿੱਤਾ। ਤੇ ਅੱਜ ਅਸੀਂ ਉਡਾਵਾਂਗੇ ਆਪਣਾ ਚੈਨਲ ਯੂਟਿਊਬ ਦਾ ਹਵਾ ਵਿੱਚ। ਆ ਦੇਖ ਰਹੇ ਹੋ ਅੱਜ ਵੀ ਇਹਦੀ ਅੱਖ ਚੜੀ ਹੋਈ ਹੈ, ਇਹਦਾ ਇੱਕ ਸੋਲਿਊਸ਼ਨ ਲੱਭ ਲਿਆ ਮੈਂ, ਦੱਸਾਂ ਕੀ? ਇਹਦੀਆਂ ਨੂੰ ਦੋਨੋਂ ਅੱਖਾਂ ਤੇ ਆਪਾਂ ਚੁੰਡੀ ਲਾ ਦੇਣੀ ਹੈ, ਐਂ ਕਰ ਕੀ ਕਰੂਗਾ। ਉਲਟੀ ਨਹੀਂ ਬਣਦੀ ਤੇ ਸਿੱਧੀ ਬਣਦੀ, ਹਮੇਸ਼ਾ ਉਲਟੀ ਬਣਦੀ। ਬਾਕੀ ਤੁਸੀਂ ਪਤੰਗ ਉਡਾਈ, ਤੁਸੀਂ ਉਡਾ ਕੇ ਦਿੱਤੀ, ਹਮੇਸ਼ਾ ਨਹੀਂ ਉਡਾ ਕੇ ਦਿੱਤੀ। ਬਚਪਨ 'ਚ ਪਤੰਗ ਨਹੀਂ ਉਡਾਈ ਤਾਂ ਗੁੱਡੀਆਂ ਪਟੋਲੇ ਨਾ ਛੱਡਿਆ, ਕੀ ਕੀਤਾ ਸੀ ਬਚਪਨ? ਕੁਛ ਨਹੀਂ, ਮੇਰਾ ਬਚਪਨ ਬਹੁਤ ਜ਼ਿਆਦਾ ਬੋਰਿੰਗ ਸੀ। ਬਾਰਗੇਨਿੰਗ ਤਾਂ ਕਰਕੇ ਲੈ ਕੇ ਆਏ ਇਹਨੂੰ, 100 ਰੁਪਏ ਦੀ ਚਰਖੜੀ ਸੀਗੀ, 90 ਦੇ ਲਈ ਨਾਲ ਬਾਰਗੇਨਿੰਗ ਕਰਕੇ 90 ਰੁਪਏ ਦੀ ਲਵਾਈ ਹੈ ਚਰਖੜੀ, ਪੇਚੇ ਲੜਾ ਕੇ ਬਾਰਗੇਨਿੰਗ ਨਹੀਂ, ਹਾਂ ਪੇਚੇ ਲੜਾ ਕੇ। ਬਟ ਇੱਥੇ ਜਿਹੜਾ ਰੇਟ ਫੜਿਆ ਹੋਇਆ ਸੀ ਤਾਂ 70 ਰੁਪਏ ਲੈ ਕੇ ਆਇਆ ਸੀਗਾ, ਆ ਕੇ ਘਰ ਪਰ ਫੜਿਆ, ਆ ਕੇ ਘਰ 70 ਰੁਪਏ ਫੜਿਆ, ਅਤੇ ਆਂਟੀ ਨੇ ਤਾਂ ਸਾਡੇ ਨਾਲ ਖੇਲ ਕੀਤਾ, ਆਂਟੀ ਨੇ ਗਲਤ ਕੀਤਾ। ਤੁਸੀਂ ਬਿਜ਼ੀ ਰਹਿ ਗਏ ਨਾ ਪੇਚੇ ਲੜਾ ਕੇ ਉੱਥੋਂ ਦੀ? ਹਾਂ ਸਹੀ ਗਿਆ, ਅਤੇ ਆਂਟੀ ਨੂੰ ਪੁੱਛਿਆ ਕਿਹਦੀ ਚੜਖੜੀ ਵਧੀਆ ਹੈਗੀ ਸਭ ਤੋਂ ਜ਼ਿਆਦਾ, ਆਂਟੀ ਕਹਿੰਦੀ ਪੇਚਾ ਲੜਾ ਲਓ ਫਿਰ ਦੇਖ ਲਿਓ ਕਿਹੜੀ ਵਧੀਆ ਹੈਗੀ। ਆਂਟੀ ਨੇ ਦੋਨਾਂ ਨਾਲ ਪੇਚਾ ਲੜਾਇਆ ਸੀ, ਇੱਕ ਵਾਰ ਆਂਟੀ ਜਿੱਤ ਗਈ, ਇੱਕ ਵਾਰ ਅਸੀਂ ਜਿੱਤ ਗਏ, ਸਮਝ ਆਇਆ ਨਹੀਂ ਅਸੀਂ ਸਸਤੀ ਦੇਖ ਕੇ ਆ ਜਾ ਅਗਲੀ ਵੇਚ ਕੇ ਲੈ ਲਈ ਹੈ ਹੋਰ। ਪਰ ਹਾਂ ਮੈਂ ਵੀ ਪਿਛਲੇ 10 ਸਾਲਾਂ ਤੋਂ ਪਤੰਗ ਨਹੀਂ ਉਡਾਈ ਹੈ, 17-18 ਸਾਲਾਂ ਦਾ ਸੀਗਾ ਉਦੋਂ ਜਾ ਕੇ ਉਡਾਈ ਹੋਣੀ। ਕਰਬ ਦੇਣਾ ਹੁੰਦਾ, ਚੋ ਕਰਨੀ ਵੀ ਤਾਂ ਤੂੰ ਦੇਂਗਾ ਮੈਂ ਦਵਾਂ, ਕਿਉਂ ਤੂੰ ਦੇ ਦੇ ਤੋਂ ਪਹਿਲਾਂ ਕਰ ਕਰ। ਟੇਕ ਟੂ, ਜਿਜੇ ਨਾ ਪੇਚਾ ਤਾਂ ਪਾ ਲੋ। ਉਹ ਦੇਖੋ ਫੇਰ ਉਹ ਫੇਰ ਥੱਲੇ
ਤੇ ਤੈਨੂੰ ਨਹੀਂ ਪਤੰਗ ਉਡਾਣੀ ਆਉਂਦੀ, ਮਾਰ ਦੇ ਟਾਵਰ 'ਚ ਸਿੱਧਾ। ਆ ਕੀ ਕਰ ਰਿਹਾ, ਪਤੰਗ ਉਡਾ ਰਹੇ? ਕਮਾਲ ਹੈ ਕਾਕਾ ਜੀ, ਮਿਸ਼ਨ ਫੇਲਡ। ਖਿੱਚੋ ਪਤੰਗ, ਖਿੱਚੋ 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 ਖਿੱਚੋ, ਮਿਸ਼ਨ ਫੇਲ। ਮੁੰਡੇ ਤੋਂ ਤਾਂ ਪਤੰਗ ਉੜੇ ਨਹੀਂ, ਉੱਪਰ ਤਾਂ ਗਈ ਸੀ, ਉੱਪਰ ਤਾਂ ਗਈ ਸੀ, ਮਿਸ਼ਨ ਉੱਪਰ ਗਈ, ਸਿੱਧਾ ਨੀਚੇ ਆ ਗਈ। GTA Vice City ਵਾਂਗ ਕੁਛ ਵੀ, ਕੁਛ ਵੀ। ਮਿਸ਼ਨ ਫੇਲ ਤਾਂ ਨਹੀਂ ਹੋਇਆ, ਮਿਸ਼ਨ ਫੇਲ, ਮਿਸ਼ਨ ਬਸਟਡ ਹੋ ਗਿਆ ਜੀ। ਅਸੀਂ ਉਹਨੂੰ ਉਤਾਰ ਲਈਏ ਪਤੰਗ, ਅਤੇ ਹੁਣ ਅਸੀਂ ਵੇਖ ਰਹੇ ਇੱਕ ਅੱਧੀ ਪਤੰਗ ਤਾਂ ਫਿਰ ਵੀ ਆ ਗਈ ਹੈ, ਪਰ ਹੁਣ ਅਸੀਂ ਹੋਰ ਨਹੀਂ ਉਡਾਉਂਦੇ ਕਿਉਂਕਿ ਬਹੁਤ ਭੁੱਖ ਵੀ ਲੱਗੀ, ਨਾਲੇ ਗਰਮੀ ਵੀ ਬਹੁਤ ਹੈ। ਅਤੇ ਹੁਣ ਨੀਚੇ ਜਾ ਕੇ ਅਸੀਂ ਚੱਲਦੇ ਹਾਂ, ਮੱਛੀ ਬਣਾਉਂਦੇ ਹਾਂ, ਅਤੇ ਮੱਛੀ ਤੁਹਾਨੂੰ ਦੱਸਦੇ ਕਿਵੇਂ ਬਣਦੀ ਹੈ। ਆਇਓ ਨੀਚੇ। ਸ਼ਾਮ ਨੂੰ ਜਾ ਕੇ ਮੈਂ ਬਾਈ ਨੰਬਰ ਫਾਟਕ ਤੋਂ ਮੱਲੀ ਮੱਛੀ ਲੈ ਕੇ ਆਇਆ, ਅੱਧਾ ਕਿਲੋ। ਸ਼ਾਮ ਨੂੰ ਮੈਂ ਹਰ ਰੋਜ਼ 250 ਗ੍ਰਾਮ ਮੈਂ ਮੱਛੀ ਖਾਂਦਾ ਹੀ ਹੁੰਦਾ। ਇਟਸ ਗੁੱਡ ਫੋਰ ਹੈਲਥ, ਤੁਹਾਨੂੰ ਪਤਾ ਹੀ ਹੋਣਾ, ਪ੍ਰੋਟੀਨ ਹੈਗਾ। ਔਰ ਮੱਲੀ ਮੱਛੀ ਜਿਹੜੀ ਹੈਗੀ ਹੈ, ਅਤੇ 100 ਗ੍ਰਾਮ ਦੇ ਵਿੱਚ 14 ਕੁ ਗ੍ਰਾਮ ਆਪਾਂ ਨੂੰ ਪ੍ਰੋਟੀਨ ਮਿਲਦਾ ਹੁੰਦਾ ਹੈਗਾ। ਹਾਲਾਂਕਿ ਚਿਕਨ ਦੇ ਵਿੱਚ 100 ਗ੍ਰਾਮ ਦੇ ਵਿੱਚ 24-25 ਗ੍ਰਾਮ ਹੁੰਦਾ, ਉਹਦੇ ਵਿੱਚ ਜ਼ਿਆਦਾ ਹੁੰਦਾ, ਪਰ ਇਹ ਮੱਲੀ ਮੱਛੀ ਦੇ ਵਿੱਚ ਤੁਹਾਨੂੰ 14 ਗ੍ਰਾਮ। ਅਤੇ 500 ਗ੍ਰਾਮ ਲਿਆਇਆ ਸੀਗਾ ਮੈਂ, ਅਤੇ 250 ਗ੍ਰਾਮ ਮੈਂ ਕੱਢ ਲਈ। 250 ਗ੍ਰਾਮ ਖਾਵਾਂਗੇ ਆਪਾਂ ਕੱਲ੍ਹ, ਕਿਉਂਕਿ ਹੋਰ ਵੀ ਪ੍ਰੋਡਕਟਸ ਦੇ ਵਿੱਚ, ਹੋਰ ਵੀ ਫੂਡ ਆਈਟਮ ਦੇ ਵਿੱਚ ਆਪਾਂ ਨੂੰ ਪ੍ਰੋਟੀਨ ਮਿਲ ਜਾਂਦਾ। ਅਤੇ ਮੈਂ ਇਸ 'ਤੇ ਬੇਸਣ ਲਗਾ ਲਿਆ ਹੈਗਾ, ਬੇਸਣ ਲਗਾ ਲਿਆ, ਅਤੇ ਲਸਣ ਲਗਾ ਲਿਆ ਹੈਗਾ, ਅਤੇ ਆਹ ਹੈਗਾ ਆਪਣਾ ਗਰਮ ਮਸਾਲਾ, ਆਹ ਹੈਗੀ ਆਪਣੀ ਕਸੂਰੀ ਮੇਥੀ, ਆਹ ਹੈਗਾ ਧਨੀਆ ਪਾਊਡਰ, ਅਤੇ ਆਹ ਹੈਗਾ ਆਪਣਾ ਕਾਲੀ ਮਿਰਚ, ਅਤੇ ਆਹ ਹੈਗਾ ਆਪਣਾ ਗੁੱਡਾ ਨਿੰਬੂ, ਅਤੇ ਆਪਾਂ ਬਾਅਦ 'ਚ ਪਾਵਾਂਗੇ। ਅਤੇ ਥੋੜ੍ਹਾ ਥੋੜ੍ਹਾ ਆਈਟਮਸ ਹੁਣ ਮੈਂ ਇਸ 'ਤੇ ਲਗਾਊਂਗਾ, ਅਤੇ ਫਿਰ ਉਸ ਤੋਂ ਬਾਅਦ ਆਪਾਂ ਸਿੱਧਾ ਇਹਨੂੰ ਗ੍ਰਿਲ ਕਰਾਂਗੇ, ਗ੍ਰਿਲ 'ਤੇ ਪਲੱਸ ਕਨਵੈਕਸ਼ਨ ਮੋਡ ਦੇ ਵਿੱਚ ਸ਼ੁਰੂ ਦੇਖ ਕਰਾਂਗੇ। ਸੋ ਮਸਾਲਾ ਪਾਤਾ ਮੈਂ ਸਾਰਾ ਕੁਛ ਦੇ ਵਿੱਚ, ਭੜਕਦਾ ਆਪਾਂ ਚੰਗੀ ਤਰ੍ਹਾਂ, ਠੀਕ ਹੈ। ਹੁਣ ਬਸ ਸਿੱਧਾ ਜਾਏਗਾ ਇਹ ਓਵਨ ਦੇ ਵਿੱਚ, ਮਾਈਕ੍ਰੋਵੇਵ 'ਤੇ ਗ੍ਰਿਲ ਕਰ ਦਾਂਗੇ, ਠੀਕ ਹੈ। ਅਤੇ ਆਹ ਮਾਈਕ੍ਰੋਵੇਵ ਦੀ ਬੇਸ ਹੈਗਾ ਆਪਣੇ ਕੋਲ, ਠੀਕ ਹੈ। ਅਤੇ ਆਹ ਹੈਗਾ ਆਪਣਾ ਗ੍ਰਿਲ, ਜਿਸ ਦੇ ਉੱਤੇ ਮੱਛੀ ਨੂੰ ਉੱਪਰ ਰੱਖਾਂਗੇ। ਰੱਖਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਆਇਲ ਲਗਾ ਦਾਂਗਾ, ਤਾਂ ਕਿ ਨੀਚੇ ਲੱਗੇ ਨਾ ਮੱਛੀ। ਰੱਖਦੇ ਹਾਂ ਇਹਦੇ ਉੱਤੇ ਹੁਣ ਆਪਾਂ, ਅਤੇ 10 ਮਿੰਟ ਇੱਕ ਸਾਈਡ ਬਣਾਵਾਂਗੇ, ਅਤੇ 10 ਮਿੰਟ ਘੁਮਾ ਕੇ ਇਹਨੂੰ, ਫਿਰ ਬੇਸ ਦੇ ਉੱਤੇ ਰੱਖ ਕੇ, ਅਤੇ 10 ਮਿੰਟ ਫਿਰ ਦੂਜੀ ਸਾਈਡ ਲਈ ਕਰਦੇ ਚਲੋ। ਆ ਦਬਾਇਆ ਗ੍ਰਿਲ ਪਲੱਸ ਕਨਵੈਨਸ਼ਨ 200 ਡਿਗਰੀ 'ਤੇ 7 ਮਿੰਟਸ ਲਈ ਫੋਰ ਵਨ ਸਾਈਡ ਸਟਾਰਟ। 7 ਮਿੰਟ ਬਾਅਦ ਸੀਟੀ ਮਾਰਦੀ ਹੈ ਆਪਣੇ ਬਾਈ ਨੇ, ਗਰਮ ਸੀ ਹੋਏ। 7 ਮਿੰਟ ਬਾਅਦ ਸੀਟੀ ਮਾਰਦੀ ਹੈ ਆਪਣੇ ਬਾਈ ਨੇ, ਅਤੇ ਹੁਣ ਆਪਾਂ ਪਲਟ ਕੇ ਦੂਜੀ ਸਾਈਡ ਬਣਾਵਾਂਗੇ, ਅਤੇ ਫਿਰ ਉਸ ਤੋਂ ਬਾਅਦ ਖਾਵਾਂਗੇ। ਆਇਓ
सेकंड टाइम मच्छी रखती है मच्छी, तो सेम सेटिंग कराने सेवन मिनट्स स्टार्ट। मच्छी तैयार हो गई है, नींबू भी पास आएगा, हूँ देखते खा के बनी कि होगी। मैंने तो पता जी मैं रोज बना, मैंने तो पता बढ़िया ही बनी होनी, खा के देख लेंगे। जबरदस्त, एक नंबर ही, एक नंबर। ट्राई करे पता, जब मेरे घर आ जाए मैं बना के खाऊंगा जी। हाँ जी, फिर किदा लग्या वीलॉग नंबर 3? जो वधिया लग्या तो लाइक कर दियो, शेयर कर दियो, जो शेयर किया तो सबसक्राइब भी कर दियो मेरे वीरों, तो एक वधिया जिहा कमेंट करते जाओ। हुण सानू इजाजत दो, मिलते हैं वीलॉग नंबर 4 दे विच। सत श्री अकाल।